ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 9ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਮੇਨ ਕੋਰਸ ਬੁੱਕ ਉਸ ਦਾ ਲੈਸਨ 3 ਗ੍ਰੇਟ ਇੰਡੀਅਨਸ ਅਰਥਾਤ ਤਿੰਨ ਮਹਾਨ ਭਾਰਤੀ ਉਹਨੂੰ ਇਸ ਲੈਸਨ ਨੂੰ ਮੈਂ ਹਿੱਸਿਆਂ ਵਿੱਚ ਵੰਡ ਕੇ ਕਰਾਂਗਾ ਸੋ ਇਹ ਪਹਿਲਾ ਭਾਗ ਹੈਗਾ ਸੋ ਅਸੀਂ ਰੀਡਿੰਗ ਐਂਡ ਟ੍ਰਾਂਸਲੇਸ਼ਨ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਨੋਟਬੁੱਕ ਅਤੇ ਪੈਨ ਲੈ ਲਓ ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਮੈਂ ਜਿਹੜੇ ਦੱਸਾਂਗਾ ਉਹ ਤੁਸੀਂ ਨੋਟ ਕਰ ਲੈਣੇ ਨੇ ਕੁਝ ਮੁਹਾਵਰੇ ਵੀ ਆਣਗੇ ਉਦੇਅ ਥ੍ਰੀ ਦਾ ਸੰਗਤ ਹੋ ਗਈ ਤੁਸੀਂ ਨੋਟ ਡਾਉਨ ਕਰ ਲੈਣੇ ਨੇ ਤੇ ਸਾਰੀ ਟ੍ਰਾਂਸਲੇਸ਼ਨ ਰੀਡਿੰਗ ਨੂੰ ਤੁਸੀਂ ਧਿਆਨ ਦੇ ਨਾਲ ਸੁਣੋ ਤਾਂ ਕਿ ਫਿਰ ਬਾਅਦ ਚੋਂ ਕੁਐਸਚਨ ਆਨਸਰਸ ਜਿਹੜਾ ਵੀਡੀਓ ਬਣੇਗਾ ਉਹ ਵੀ ਤੁਹਾਨੂੰ ਛੇਤੀ ਹੀ ਸਮਝ ਆ ਜਾਏਗਾ ਸੋ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਇਸੀ ਚੈਨਲ ਤੇ 9th ਕਲਾਸ ਨਾਲ ਜੁੜੀਆਂ ਹੋਰ ਵੀ ਪਲੇਲਿਸਟਾਂ ਆਈਆਂ ਨੇ 9th ਗ੍ਰਾਮਰ ਹੈਗੀ ਹੈ 9th ਆਪਣਾ ਸਪਲੀਮੈਂਟਰੀ ਇੰਗਲਿਸ਼ ਹੈਗੀ ਹੈ 9th ਸਾਇੰਸ ਹੈਗੀ ਹੈ 9th ਮੈਥ ਹੈਗੀ ਹੈ ਤੇ 9th ਮੈਥ ਨੋਟਸ ਹੈਗੇ ਸੋ ਮੈਥ ਔਰ ਸਾਇੰਸ ਦੀਆਂ ਲੋੜਾਂ ਵੀ ਤੁਹਾਡੀਆਂ ਇਧਰ ਹੀ ਪੂਰੀਆਂ ਹੋ ਜਾਣਗੀਆਂ ਸੋ ਸ਼ੁਰੂ ਕਰਦੇ ਹਾਂ ਦੀ ਹਿਸਟੋਰਿਕ ਪੀਰੀਅਡ ਆਫ 19th ਐਂਡ 20th ਸੈਂਚਰੀਜ਼ ਹਿਸਟੋਰਿਕ ਦਾ ਮਤਲਬ ਇਤਿਹਾਸਿਕ ਪੀਰੀਅਡ ਮੈਨੇ ਸਮਾਂ ਆਫ ਮੈਨੇ ਦਾ 19ਵੀਂ ਅਤੇ 20ਵੀਂ ਸਦੀਆਂ ਦਾ ਇਤਿਹਾਸਿਕ ਸਮੇਂ ਨੇ ਵਿਟਨੈਸਟ ਵਿਟਨੈਸ ਮੈਨੇ ਗਵਾਹ ਬਣਿਆ ਹੈ ਸਮਾਂ ਜਾਂ ਉਹਨੇ ਦੇਖਿਆ ਦੀ ਰਾਈਜ਼ ਆਫ ਮੈਨੀ ਅ ਗ੍ਰੇਟ ਮੈਨ ਇਨ ਇੰਡੀਆ ਭਾਰਤ ਦੇ ਵਿੱਚ ਬਹੁਤ ਸਾਰੇ ਮਹਾਨ ਬੰਦਿਆਂ ਦੀ ਝੜਤ ਉਹਨਾਂ ਦਾ ਉੱਭਰਨਾ ਇਸ ਇਤਿਹਾਸਿਕ ਸਮੇਂ ਨੇ ਦੇਖਿਆ ਉਹ ਮਹਾਨ ਬੰਦੇ ਕਿਹੜੇ ਸੀਗੇ ਹੂ ਨਾਟ ਓਨਲੀ ਸਟਾਰਟਡ ਅ ਕੈਂਪੇਨ ਜਿਨ੍ਹਾਂ ਨੇ ਨਾ ਸਿਰਫ ਮੁਹਿੰਮ ਸ਼ੁਰੂ ਕੀਤੀ ਕੈਂਪੇਨ ਦਾ ਮਤਲਬ ਹੁੰਦਾ ਹੈ ਲਹਿਰ ਮੁਹਿੰਮ ਸ਼ੁਰੂ ਕੀਤੀ ਕਿਹਦੇ ਖਿਲਾਫ ਅਗੇਂਸਟ ਦੀ ਸੋਸ਼ਲ ਈਵਿਲਸ ਅਰਥਾਤ ਸਮਾਜਿਕ ਬੁਰਾਈਆਂ ਦੇ ਖਿਲਾਫ ਈਵਿਲ ਹੁੰਦਾ ਬੁਰਾਈ ਸੋਸ਼ਲ ਸਮਾਜਿਕ ਸਮਾਜਿਕ ਬੁਰਾਈਆਂ ਦੇ ਖਿਲਾਫ ਪ੍ਰਿਵੇਲਿੰਗ ਇਨ ਦਾ ਕੰਟਰੀ ਪ੍ਰਿਵੇਲਿੰਗ ਇਨ ਦਾ ਕੰਟਰੀ ਜੇਨਾ ਨੇ ਦੇਸ਼ ਦੇ ਵਿੱਚ ਆਪਣਾ ਪਸਾਰਾ ਕੀਤਾ ਹੋਇਆ ਸੀ ਜਾਂ ਦੇਸ਼ ਵਿੱਚ ਫਸਰੀਆਂ ਹੋਈਆਂ ਸੀ ਜਾਂ ਦੇਸ਼ ਵਿੱਚ ਬੁਰੀ ਤਰ੍ਹਾਂ ਫੈਲੀਆਂ ਹੋਈਆਂ ਸੀ ਬਟ ਆਲਸੋ ਪਰ ਨਾਲੇ ਰੇਜ਼ ਅ ਬੈਨਰ ਆਫ ਰਿਵੋਲਟ ਬੈਨਰ ਹੁੰਦਾ ਹੈ ਕਿਸੇ ਦਾ ਝੰਡਾ ਤੇ ਰਿਵੋਲਟ ਹੁੰਦਾ ਆਪਣਾ ਇਹ ਬਗਾਵਤ ਠੀਕ ਹੈ ਸੋ ਰੇਜ਼ ਦਾ ਬੈਨਰ ਆਫ ਰਿਵੋਲਟ ਅਤੇ ਉਹਨਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਕਿਹਦੇ ਖਿਲਾਫ ਅਗੇਂਸਟ ਦੀ ਬ੍ਰਿਟਿਸ਼ ਐਮਪਾਇਰ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਸੋ ਦੋ ਕੰਮ ਕੀਤੇ ਉਹਨਾਂ ਨੇ ਇੱਕ ਤੇ ਕੈਂਪੇਨ ਅਗੇਂਸਟ ਦੀ ਸੋਸ਼ਲ ਇਵਿਲਸ ਸਮਾਜਿਕ ਬੁਰਾਈਆਂ ਦੇ ਖਿਲਾਫ ਮੁਹਿੰਮ ਤੇ ਦੂਜਾ ਰੇਜ਼ ਦਾ ਬੈਨਰ ਆਫ ਰਿਵੋਲਟ ਅਗੇਂਸਟ ਦਾ ਬ੍ਰਿਟਿਸ਼ ਐਮਪਾਇਰ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਉਹਨਾਂ ਨੇ ਬਗਾਵਤ ਦਾ ਝੰਡਾ ਬੁਲੰਦ ਕੀਤਾ ਠੀਕ ਹੈ ਫਿਰ ਫਰੀडम ਇਜ਼ आवर ਬਰਥ ਰਾਈਟ ਫਰੀडम ਮੈਨੇ ਆਜ਼ਾਦੀ ਬਰਥ ਮੈਨੇ ਜਨਮ ਰਾਈਟ ਮੈਨੇ ਹੱਕ ਬਰਥ ਰਾਈਟ ਦਾ ਮਤਲਬ ਹੋਗਾ ਜਮਾਂਦਰੂ ਹੱਕ ਅਰਥਾਤ ਫਰੀडम ਇਜ਼ आवर ਬਰਥ ਰਾਈਟ ਅਰਥਾਤ ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਡਿਕਲੇਅਰਡ ਗੰਗਾਧਰ ਤਿਲਕ ਇਹ ਗੱਲ ਗੰਗਾਧਰ ਤਿਲਕ ਨੇ ਐਲਾਨ ਕੀਤਾ ਫਿਰ ਵੇਲੀਅੰਟ ਮੈਨੇ ਬਹਾਦਰ ਫਾਈਟਰਸ ਮੈਨੇ ਯੋਧੇ ਵੇਲੀਅੰਟ ਫਾਈਟਰਸ ਬਹਾਦਰ ਯੋਧੇ ਫਰੋਮ 올 ਓਵਰ द ਕੰਟਰੀ ਸਾਰੇ ਦੇਸ਼ ਚੋਂ ਤੰਤਿਆ ਟੋਪੇ ਰਣ ਲక్ష్ਮੀਬਾਈ ਦਾਦਾਬਾਈ ਨਰੋਜੀ ਆ ਸਾਰੇ ਨਾਮ ਆਗੇ ਨੇ ਭਗਤ ਸਿੰਘ ਟੂ ਨੇਮ ਜਸਟ ਆਫ ਯੂ ਥੋੜੇ ਆ ਨਾ ਜੇ ਗਿਣਾਈਏ ਤਾਂ ਕੇਮ ਟੂ ਜੁਆਇਨ ਦੀ ਨੈਸ਼ਨਲ ਸਟਰਗਲ ਉਹ ਸਾਰੇ ਰਲ ਕੇ ਜੁੜੇ ਕਿਹਦੇ ਨਾਲ ਜੁੜੇ ਨੈਸ਼ਨਲ ਸਟਰਗਲ ਅਰਥਾਤ ਰਾਸ਼ਟਰੀ ਜਿਹੜਾ ਸੰਘਰਸ਼ ਸੀਗਾ ਉਹਦੇ ਨਾਲ ਜੁੜੇ ਕਦੇ ਲਈ ਫਾਰ ਫਰੀडम ਆਜ਼ਾਦੀ ਲਈ ਐਂਡ ਦੀ ਇਰੇਡੀਕੇਸ਼ਨ ਆਫ ਸੋਸ਼ਲ ਇਲਸ ਇਲਸ ਬਨੇ ਬੁਰਾਈਆਂ ਸੋਸ਼ਲ ਇਲਸ ਸਮਾਜਿਕ ਬੁਰਾਈਆਂ ਇਰੇਡੀਕੇਸ਼ਨ ਹੁੰਦਾ ਖਾਤਮਾ ਅਰਥਾਤ ਆਜ਼ਾਦੀ ਵਾਸਤੇ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਦੇ ਵਾਸਤੇ ਉਹ ਸਾਰਿਆਂ ਨੇ ਨੈਸ਼ਨਲ ਸਟਰਗਲ ਇਕੱਠੇ ਰਲ ਕੇ ਕੀਤਾ ਐਨ ਇੰਪੋਰਟੈਂਟ ਨੇਮ ਅਰਥਾਤ ਇੱਕ ਮਹੱਤਵਪੂਰਨ ਨਾਮ ਅਮੰਗਸ ਥੈਮ ਉਹਨਾਂ ਵਿੱਚੋਂ ਮੰਗਸੇ ਮੈਨੇ ਉਹਨਾਂ ਵਿੱਚੋਂ ਵਾਸ ਥੈਟ ਆਫ ਸਤੂ ਰਾਮ ਸਿੰਘ ਆਫ ਪੰਜਾਬ ਪੰਜਾਬ ਦੇ ਰਾਮ ਸਿੰਘ ਦਾ ਨਾਮ ਆਉਂਦਾ ਸੀ ਉਹ ਸੀਗੇ ਹੋ ਗੇ ਬਰਥ ਟੂ ਦੀ ਗ੍ਰੇਟ ਕੂਕਾ ਮੂਵਮੈਂਟ ਗੇ ਬਰਥ ਮੈਨੇ ਜਨਮ ਦਿੱਤਾ ਅਰਥਾਤ ਉਹਨੂੰ ਆਰੰਭਿਆ ਉਹਨੂੰ ਸ਼ੁਰੂ ਉਹਨੂੰ ਸ਼ੁਰੂ ਕਰਨ ਵਾਲੇ ਅਰਥਾਤ ਹੋ ਗੇ ਬਰਥ ਟੂ ਦੀ ਗ੍ਰੇਟ ਕੂਕਾ ਮੂਵਮੈਂਟ ਜਿਨ੍ਹਾਂ ਨੇ ਉਸ ਵੱਡੀ ਕੂਕਾ ਲਹਿਰ ਨੂੰ ਜਨਮ ਦਿੱਤਾ ਦੈਟ स्टूड ਫॉर ਸੋਸ਼ਲ ਰਿਫਾਰਮਸ ਰਿਫਾਰਮ ਹੁੰਦਾ ਸੁਧਾਰ ਸੋਸ਼ਲ ਰਿਫਾਰਮ ਸਮਾਜਿਕ ਉਧਾਰ ਸਮਾਜਿਕ ਸੁਧਾਰ ਜੋ ਕਿ ਸਮਾਜਿਕ ਸੁਧਾਰ ਲਈ ਖੜੀ ਹੋਈ ਖੜੀ ਹੋਈ ਮਨੇ ਉੱਤੇ ਪੈਰਾ ਦਿੱਤਾ ਉੱਤੇ ਡਟੀ ਐਂਡ ਕੰਪਲੀਟ ਇੰਡੀਪੈਂਡੈਂਸ ਇੰਡੀਪੈਂਡੈਂਸ ਦਾ ਮਤਲਬ ਹੀ ਹੁੰਦਾ ਆਜ਼ਾਦੀ ਫਰੀडम ਕੰਪਲੀਟ ਇੰਡੀਪੈਂਡੈਂਸ ਮੀਨਸ ਸੰਪੂਰਨ ਆਜ਼ਾਦੀ ਲਈ ਅਤੇ ਸਮਾਜਿਕ ਸੁਧਾਰ ਲਈ ਇਹ ਜਿਹੜੀ ਕੋਕਲੈਰ ਸੀ ਇਹ ਡਿਟੀ ਬੌਰਨ 1 ਫੈਬਰੂਰੀ 3 1816 ਅਰਥਾਤ ਫਰਵਰੀ 3 1816 ਨੂੰ ਜਨਮੇ ਇੰਡੀ ਵਿਲੇਜ ਰਈਆ ਰਈਆ ਪਿੰਡ ਵਿੱਚ ਜਨਮੇ ਇਨ ਡਿਸਟ੍ਰਿਕਟ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ this child shot into prominence ਸ਼ਾਰਟ ਇਨਟੂ ਪ੍ਰੋਮੀਨੈਂਸ ਦਾ ਮਤਲਬ ਹੁੰਦਾ ਹੈ ਨਜ਼ਰਾਂ ਵਿੱਚ ਆ ਜਾਣਾ ਜਾਂ ਚਰਚਾ ਦਾ ਵਿਸ਼ਾ ਬਣ ਜਾਣਾ ਮਸ਼ਹੂਰ ਹੋ ਜਾਣਾ ਸੋ ਸ਼ਾਰਟ ਇਨਟੂ ਪ੍ਰੋਮੀਨੈਂਸ ਵੈਨ ਗੁਰੂ ਬਾਲਕ ਸਿੰਘ ਡਿਕਲੇਅਰਡ ਹਿਮ ਅ ਗੁਰੂ ਜਦੋਂ ਬਾਲਕ ਸਿੰਘ ਜੇ ਗੁਰੂ ਸੀ ਉਹਨੇ ਇਹਨੂੰ ਇਹਨਾਂ ਨੂੰ ਇੱਕ ਗੁਰੂ ਐਲਾਨ ਦਿੱਤਾ ਕਿ ਇਹ ਮਿਰਤੋਵਾਲਾ ਗੁਰੂ ਹੋਏਗਾ ਜਿਹੜਾ ਰਾਮ ਸਿੰਘ ਸਿਵਾ ਆ ਰਿਲੀਜੀਅਸ ਗਾਈਡ ਅਰਥਾਤ ਇੱਕ ਧਾਰਮਿਕ ਆਗੂ ਦਾ ਕੰਮ ਕਰੇਗਾ ਫਰੋਮ ਹਿਸ ਹੈੱਡ ਕੁਆਟਰਸ ਐਟ ਪਣੀ ਸਾਹਿਬ ਅਰਥਾਤ ਉਹ ਜਿਹੜਾ ਉਹ ਡੇਰਾ ਹੈਗਾ ਪੈਣੀ ਸਾਹਿਬ ਲੁਧਾਨੇ ਵਿਖੇ ਉਸ ਡੇਰੇ ਤੋਂ ਦੀ ਗੁਰੂ ਸਟਾਰਟਡ ਪ੍ਰੀਚਿੰਗ ਹਿਸ ਡਿਵਾਈਨ ਮੈਸੇਜ ਉਹਨੇ ਆਪਣਾ ਜਿਹੜਾ ਧਾਰਮਿਕ ਸੁਨੇਹਾ ਸੀਗਾ ਉਹ ਪ੍ਰਚਾਰਨਾ ਸ਼ੁਰੂ ਕੀਤਾ ਆਪਣੇ ਡੇਰੇ ਤੋਂ ਕਿਹੜਾ ਪੈਣੀ ਸਾਹਿਬ ਚ ਹਿਸ ਫਰਸਟ ਸਰਮਨ ਉਸਦਾ ਪਹਿਲਾ ਉਪਦੇਸ਼ ਵਾਸ ਡਿਲੀਵਰਡ ਔਨ ਦੀ ਵਿਸਾਖੀ ਡੇ ਇਨ 1857 1857 ਦੀ ਵਿਸਾਖੀ ਵਾਲੇ ਦਿਨ ਉਹਦਾ ਪਹਿਲਾ ਜਿਹੜਾ ਹੈ ਉਪਦੇਸ਼ ਸੀਗਾ ਉਹ ਦਿੱਤਾ ਗਿਆ ਡਿਵਲਪਮੈਂਟ ਦਿੱਤਾ ਗਿਆ ਪਹੁੰਚਾਇਆ ਗਿਆ ਉਹਦੇ ਚੇਲਿਆਂ ਤੱਕ ਇਨ ਹਿਸ ਟੀਚਿੰਗ ਆਪਣੀ ਸਿੱਖਿਆ ਵਿੱਚ ਹੀ ਐਗਜ਼ਾਟਿਡ ਐਗਜ਼ਾਟ ਹੁੰਦਾ ਹੈ ਮਤਲਬ ਕਿ ਪ੍ਰੇਰਣਾ ਕਰਨੀ ਹੱਲਾਸ਼ੇਰੀ ਦੇਣੀ ਠੀਕ ਹੈ ਉਕਸਾਉਣਾ ਇਨ ਹਿਸ ਟੀਚਿੰਗ ਹੀ ਐਗਜ਼ਾਟਿਡ ਦ ਪੀਪਲ ਅਰਥਾਤ ਆਪਣੀ ਸਿੱਖਿਆ ਵਿੱਚ ਉਹਨੇ ਲੋਕਾਂ ਨੂੰ ਪ੍ਰੇਰਣਾ ਕੀਤੀ ਕਾਦੀ ਟੂ ਬਲੀਵ ਇਨ ਵਨ ਗੋਡ ਇੱਕ ਰੱਬ ਵਿੱਚ ਵਿਸ਼ਵਾਸ ਕਰਨ lead a simple honest life ਸਾਦੀ ਅਤੇ ਇਮਾਨਦਾਰ ਜ਼ਿੰਦਗੀ ਜੀਉਣ ਲੀਡ ਮਨੇ ਪਸ਼ਰ ਕਰਨ ਗੁਜ਼ਾਰਨ ਫਰੀ ਫਰੋਮ ਐਨੀ ਕਾਈਂਡ ਆਫ ਹੀਵਿਅਲ ਜੋ ਕਿ ਹਰ ਕਿਸਮ ਦੀ ਬੁਰਾਈ ਤੋਂ ਮੁਕਤ ਹੋਵੇ ਉਸ ਜ਼ਿੰਦਗੀ ਵਿੱਚ ਸਾਦਾਪਨ ਹੋਵੇ ਇਮਾਨਦਾਰੀ ਹੋਵੇ ਤੇ ਕੋਈ ਬੁਰਾਈ ਨਾ ਹੋਵੇ ਟੂ ਹੈਲਪ ਦਾ ਪੋਅਰ ਗਰੀਬਾਂ ਦੀ ਮਦਦ ਕੀਤੀ ਜਾਵੇ ਐਂਡ ਦੀ ਨੀਡੀ ਅਤੇ ਲੋੜਵੰਦਾ ਦੀ ਮਦਦ ਕੀਤੀ ਜਾਵੇ ਐਂਡ ਟੂ ਵਰਕ ਫਾਰ ਦੀ ਫਰੀडम ਆਫ ਦਾ ਕੰਟਰੀ ਅਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕੀਤਾ ਜਾਵੇ ਥਾਊਜ਼ੈਂਡਸ ਬਿਕੇਮ ਹਿਸ ਫਾਲੋਅਰਸ ਹਜ਼ਾਰੋਂ ਉਹਦੇ ਚੇਲੇ ਬਣ ਗਏ ਐਂਡ ਫਲੋਕਡ ਫਲੋਕਡ ਮੈਨੇ ਉਥੇ ਭੀੜ ਬਣਾ ਕੇ ਜਾਣਾ ਫਲੋਕਡ ਮੈਨੇ ਉਸ ਪਾਸੇ ਜਾਣਾ ਦੌੜ ਕੇ ਜਾਣਾ ਟੂ ਹਿਸ ਡਿਸਕੋਰਸਸ ਉਹਦੇ ਪ੍ਰਵਚਨ ਸੁਣਨ ਲਈ ਉਹਦੇ ਲਈ ਉਹਦੇ ਵੱਲ ਭੱਜ ਕੇ ਜਾਂਦੇ ਐਵਰੀ ਡੇ ਹਰ ਰੋਜ਼ ਹੀ ਸਟਰੋਂਗਲੀ ਅਪੋਜ਼ਡ ਅਪੋਜ਼ ਹੁੰਦਾ ਹੈ ਵਿਰੋਧ ਕਰਨਾ ਸਟਰੋਂਗਲੀ ਅਪੋਜ਼ਡ ਮੈਨੇ ਬੜੀ ਸ਼ਕਤੀ ਨਾਲ ਵਿਰੋਧ ਕੀਤਾ ਹੀ ਸਟ੍ਰੋਂਗਲੀ ਉਹ ਬਿਸ਼ਕਤੀ ਨਾਲ ਵਿਰੋਧ ਕੀਤਾ ਚਾਈਲਡ ਮੈਰਿਜ ਜਿਹੜੇ ਛੋਟੀ ਉਮਰੇ ਨਿਆਣਿਆਂ ਦਾ ਵਿਆਹ ਕਰ ਦਿੰਦੇ ਸੀਗੇ ਉਹ ਪ੍ਰਥਾ ਦੇ ਖਿਲਾਫ ਬੋਲੇ ਫੀਮੇਲ ਫੀਟਿਸਾਈਡ F O E T U S ਉਹਦਾ ਫੀਟਸ ਫੀਟਸ ਹੁੰਦਾ ਹੈ ਭਰੂਣ ਅਰਥਾਤ ਅਨਜਨਮਿਆ ਬੱਚਾ ਮਾਤਾ ਦੇ ਗਰਭ ਦੇ ਵਿੱਚ ਤੇ ਫੀਟਿਸਾਈਡ ਹੁੰਦਾ ਹੈ ਭਰੂਣ ਹੱਤਿਆ ਅਰਥਾਤ ਗਰਭਪਾਤ ਕਰ ਦੇਣਾ ਐਬੋਰਸ਼ਨ ਕਰ ਦੇਣਾ ਢਿੱਡ ਦੇ ਅੰਦਰ ਹੀ ਬੱਚੇ ਨੂੰ ਮਾਰ ਦੇਣਾ ਤੇ ਫੀਮੇਲ ਫੀਟਿਸਾਈਡ ਅਰਥਾਤ ਜੇ ਕੁੜੀ ਹੋਵੇ ਤੇ ਕੁੜੀ ਜਾਣ ਕੇ ਮਾਰ ਦੇਣਾ ਕਿ ਕੁੜੀ ਨਾ ਹੋਵੇ ਮੁੰਡਾ ਜੰਮੇ ਸੋ ਮਤਲਬ ਕਿ ਲਿੰਗ ਅਧਾਰਿਤ ਜੋ ਪ੍ਰੂਨ ਹਤਿਆ ਉਹਦੇ ਖਿਲਾਫ ਬੋਲੇ ਟੇਕਿੰਗ ਆਫ ਐਲਕੋਹੋਲਿਕ ਡ੍ਰਿੰਕਸ ਅਰਥਾਤ ਸ਼ਰਾਬ ਦੀਆਂ ਬਣੀਆਂ ਜਿਹੜੀਆਂ ਜਿਹੜੀ ਪੀਣ ਵਾਲੀ ਚੀਜ਼ਾਂ ਉਹਨਾਂ ਦੀ ਮਨਾਹੀ ਐਂਡ ਨਾਨ ਵੈਜੀਟੇਰੀਅਨ ਫੂਡਸ ਅਤੇ ਮੀਟ ਮੂਰ ਦਾ ਜਿਹੜਾ ਮਾਸahari ਭੋਜਨ ਉੱਤੇ ਵੀ ਰੋਕ ਲਗਾਈ ਡੋਰੀ ਸਿਸਟਮਸ ਡੋਰੀ ਹੁੰਦਾ ਦਾਜ ਦਾਜ ਦੀ ਪ੍ਰਥਾ ਦਾ ਜੋ ਸਿਸਟਮ ਹੈ ਉੱਤੇ ਰੋਕ ਲਗਾਈ ਰਿਲੀਜੀਅਸ ਫੈਨਟਿਸਿਜ਼ਮ ਰਿਲੀਜੀਅਸ ਮਨੇ ਧਾਰਮਿਕ ਫੈਨਟਿਸਿਜ਼ਮ ਹੁੰਦਾ ਕੱਟੜਵਾਦ ਅਰਥਾਤ ਮੈਂ ਹੀ ਮੈਂ ਹੋਵਾਂ ਅਸੀਂ ਅਸੀਂ ਹੋਈਏ ਦੂਜਾ ਨਾ ਹੋਵੇ ਦੂਜੇ ਦੇ ਵਿਚਾਰਾਂ ਨੂੰ ਨਾ ਝੱਲਣਾ ਦੂਜੇ ਦੇ ਵਿਚਾਰਾਂ ਦਾ ਹਿੰਸਾ ਦੇ ਨਾਲ ਲੜ ਕੇ ਵਿਰੋਧ ਕਰਨਾ ਦੂਜੇ ਦੇ ਵਿਚਾਰ ਦੂਜੇ ਦੇ ਜੋ ਉਹਦਾ ਜੀਣ ਦਾ ਢੰਗ ਹੈ ਪੂਜਾ ਦਾ ਢੰਗ ਹੈ ਉਹਨੂੰ ਉਹਦਾ ਵਿਰੋਧ ਕਰਨਾ ਉਹਨੂੰ ਪ੍ਰਵਾਨ ਨਾ ਕਰਨਾ ਉਹਨੂੰ ਕਹਿੰਦੇ ਫੈਨਟਿਸਿਜ਼ਮ ਕਾਉਸਲਾਟਰ ਅਰਥਾਤ ਗਊ ਹਤਿਆ ਐਂਡ ਕਾਸਟਿਜ਼ਮ ਅਰਥਾਤ ਜਾਤ ਪਾਤ ਠੀਕ ਹੈ ਮਲੀ ਕਾਸਟ ਲਾਟਰ ਤੇ ਇਹ ਚੀਜ਼ਾਂ ਨਾਨ-ভেজ ਇਹਨੂੰ ਕੋਈ ਛੱਡਦੀ ਹੈ ਤੇ ਇਹ ਸਾਰੀਆਂ ਗੱਲਾਂ ਗੁਰਮਤ ਵਿੱਚ ਗੁਰਬਾਣੀ ਚ ਸਾਰੀਆਂ ਗੱਲਾਂ ਪਹਿਲਾਂ ਹੀ ਗੁਰੂ ਸਾਹਿਬ ਨੇ ਕਹੀਆਂ ਹੋਈਆਂ ਨੇ ਸੋ ਜੋ ਗੁਰਬਾਣੀ ਤੋਂ ਉਹਨਾਂ ਨੇ ਪੜ੍ਹਿਆ ਸੀ ਉਸੇ ਗੱਲ ਦਾ ਉਹਨਾਂ ਨੇ ਅੱਗੇ ਪ੍ਰਚਾਰ ਕੀਤਾ ਹੀ ਇਨਕਰੇਜਡ ਪੀਪਲ ਉਹਨੇ ਲੋਕਾਂ ਨੂੰ ਹੱਲਾਸ਼ੀਰੀ ਦਿੱਤੀ ਟੂ ਲਿਵ ਲਾਈਕ ਬ੍ਰਦਰਸ ਕੀ ਭਰਾਵਾਂ ਵਾਂਗ ਰਹਿਣ ਐਂਡ ਫਾਈਟ ਫਾਰ ਦੀ ਫਰੀडम ਆਫ ਅਵਰ ਕੰਟਰੀ ਅਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਨ ਕਿ ਆਜ਼ਾਦੀ ਕਹਿੰਤੋਂ ਫਰੋਮ ਦੀ ਬ੍ਰਿਟਿਸ਼ ਰੂਲ ਅਰਥਾਤ ਜੋ ਬ੍ਰਿਟਿਸ਼ ਲੋਕਾਂ ਦਾ ਰਾਜ ਹੈ ਉਹਦੇ ਤੋਂ ਆਜ਼ਾਦੀ ਲਈ ਉਹ ਲੜਨ ਅਗੇਂਸਟ ਦੀ ਬ੍ਰਿਟਿਸ਼ ਪਾਲਿਸੀ ਆਫ ਡਿਵਾਈਡ ਐਂਡ ਰੂਲ ਅਰਥਾਤ ਜੋ ਬ੍ਰਿਟਿਸ਼ ਲੋਕਾਂ ਦੀ ਨੀਤੀ ਸੀ ਕਿ ਵੰਡੋ ਤੇ ਰਾਜ ਕਰੋ ਡਿਵਾਈਡ ਮੈਨੂੰ ਵੰਡੋ ਤੇ ਰਾਜ ਕਰੋ ਬ੍ਰਿਟਿਸ਼ ਪਾਲਿਸੀ ਬੱਚੇ ਇੱਥੇ ਨਾ ਮੇਰੇ ਮਨ ਵਿੱਚ ਇੱਕ ਕੇਵਾਰ ਇੱਕ ਜਗਿਆਸਾ ਜਗਦੀ ਹੈ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਮੈਂ ਤੁਹਾਡਾਂ ਨਾਲ ਵੀ ਸਾਂਝੀ ਕਰਦਾ ਅਸੀਂ ਬਾਰ-ਬਾਰ ਨਾ ਬ੍ਰਿਟਿਸ਼ ਲੋਕਾਂ ਨੂੰ ਕਹਿੰਦੇ ਹਾਂ ਡਿਵਾਈਡ ਐਂਡ ਰੂਲ ਕਿ ਉਹਨਾਂ ਨੇ ਇਹ ਐਵਲੀ ਨੀਤੀ ਲਿਆਂਦੀ ਪਰ ਜਦੋਂ ਅਸੀਂ ਪੜ੍ਹਦੇ ਹਾਂ ਕਿਤਾਬਾਂ ਵਿੱਚ ਜਾਂ ਅਖਬਾਰਾਂ ਵਿੱਚ ਚਣਕੇ ਨੀਤੀ ਚਣਕੇ ਨੂੰ ਬੜਾ ਵੱਡਾ ਨੀਤੀਵਾਨ ਤੇ ਅਰਥ ਸ਼ਾਸਤਰੀ ਕਿਹਾ ਜਾਂਦਾ ਹੈ ਤੇ ਉਹਦੀ ਸਭ ਤੋਂ ਮਸ਼ਹੂਰ ਨੀਤੀ ਕੀ ਹੈਗੀ ਹੈ ਸਾਮ ਦਾਮ ਦੰਡ ਪੇਦ ਅਰਥਾਤ ਜੇ ਰਾਜ ਕਰਨਾ ਹੈ ਸਾਮ ਮੈਨੇ ਪਹਿਲੇ ਆਪਣੇ ਵਿਰੋਧੀ ਨੂੰ ਪਿਆਰ ਨਾਲ ਆਪਣੇ ਵੱਲ ਕਰਨ ਦਾ ਯਤਨ ਕਰੋ ਸਾਮ ਤੇ ਦਾਮ ਅਰਥਾਤ ਜੇ ਨਹੀਂ ਮੰਨਦਾ ਪਿਆਰ ਨਾਲ ਫਿਰ ਉਹਨੂੰ ਵੱਢੀ ਦਿਓ ਰਿਸ਼ਵ ਦਿਓ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਚਣ ਕੇ ਜੋ ਕਈ ਸਦੀ ਪਹਿਲੇ ਹੋਇਆ ਤੇ ਉਹਨੂੰ ਅਸੀਂ ਨਿਤੀਵਾਨ ਕਹਿੰਨੇ ਆ ਤੇ ਉਹਨੇ ਇਹ ਗੱਲ ਕਿਦਾਂ ਕਹਿਤੀ ਹੋਈ ਹੈ ਹੈਰਾਨੀ ਹੁੰਦੀ ਹੈ ਵੀ ਵੱਡੀ ਦੇ ਬੋਸ ਬੰਦੇ ਨੂੰ ਵੱਡੀ ਦੇ ਕੇ ਆਪਣੇ ਵੱਲ ਖੜੋ ਜਿਦਾਂ ਸਾਡੇ ਲੀਡਰ ਵੀ ਕਈ ਕਰਦੇ ਨੇ ਉਹ ਐਮਐਲਏ ਖਰੀਦਦੇ ਨੇ ਐਮਪੀ ਖਰੀਦਦੇ ਨੇ ਫਿਰ ਕਹਿੰਦੇ ਦੰਡ ਦੰਡ ਬਣਾਇਓ ਜੋ ਵੱਡੀ ਲੈ ਕੇ ਵੀ ਨਹੀਂ ਮੰਨਦਾ ਤੇ ਫਿਰ ਉਹਨੂੰ ਉਹਨੂੰ ਧਮਕੀ ਦਿਵੋ ਮੌਤ ਦੀ ਜਾਂ ਉਹਨੂੰ ਟੌਰਚਰ ਕਰੋ ਅਤੇ ਤਸ਼ੱਦਦ ਕਰੋ ਤੇ ਫਿਰ ਅਖੀਰਲੇ ਭੇਦ ਭੇਦ ਮਨੇ ਵੰਡ ਦਿਓ ਉਹ ਚ ਪਾੜਾ ਪਾ ਦਿਓ ਉਹਦੇ ਪਰਿਵਾਰ ਦੇ ਵਿੱਚ ਉਹਦੀ ਪਾਰਟੀ ਦੇ ਵਿੱਚ ਸੋ ਇਸ ਹਿਸਾਬ ਨਾਲ ਤੇ ਫਿਰ ਇਹ ਬ੍ਰਿਟਿਸ਼ ਪਾਲਿਸੀ ਨਹੀਂ ਹੋਈ ਤੇ ਫਿਰ ਚਣਕ ਦੇ ਪਾਲਿਸੀ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਮੇਰੇ ਮਨ ਚ ਜਗਿਆਸਾ ਪੀ ਹੈ ਇਹ ਤੇ ਸਾਡਾ ਫਿਰ ਇਹ ਸਿਰਾਂ ਤੇ ਚਣਕ ਦੇ ਸਿਰ ਤੇ ਜਾਣਾ ਚਾਹੀਦਾ ਹੈ ਕੀ ਹੈ ਵੀ ਡਿਵਾਈਡ ਐਂਡ ਰੂਲ ਦਾ ਸੋ ਕਹਦੇ ਅਗੇਂਸਟ ਦੀ ਬ੍ਰਿਟਿਸ਼ ਪਾਲਿਸੀ ਆਫ ਡਿਵਾਈਡ ਐਂਡ ਰੂਲ ਵੀ ਜੋ ਬ੍ਰਿਟਿਸ਼ ਦੀ ਨੀਤੀ ਸੀ ਵੀ ਡਿਵਾਈਡ ਐਂਡ ਰੂਲ ਦੇ ਖਿਲਾਫ ਹੀ ਗੇਵ ਦੀ ਸਲੋਗਨ ਆਫ ਯੂਨਾਈਟ ਐਂਡ ਫਾਈਟ ਉਹਨੇ ਇਹਦਾ ਮੋੜਵਾ ਦੂਜਾ ਇਹ ਸਲੋਗਨ ਮੈਨੇ ਨਾਰਾ ਦਿੱਤਾ ਕਿ ਯੂਨਾਈਟ ਐਂਡ ਫਾਈਟ ਅਰਥਾਤ ਇਕਾ ਕਰੋ ਤੇ ਲੜੋ ਇਕੱਠੇ ਹੋ ਕੇ ਲੜੋ ਟੂ ਦੀ ਪੀਪਲ ਆਫ ਇੰਡੀਆ ਇੰਡੀਆ ਦੇ ਲੋਕਾਂ ਨੂੰ ਉਹਨੇ ਇਦਾਂ ਕਿਹਾ ਹੀ ਸਟਾਰਟਡ ਅ ਮੂਵਮੈਂਟ ਆਫ ਨਾਨ ਕੋਆਪਰੇਸ਼ਨ ਨਾਨ ਕੋਆਪਰੇਸ਼ਨ ਦਾ ਨਾਮਿਲ ਵਰਤਨ ਸਹਿਯੋਗ ਨਾ ਦੇਣਾ ਸੋ ਹੀ ਸਟਾਰਟਡ ਅ ਮੂਵਮੈਂਟ ਉਹਨੇ ਸਹਿਯੋਗ ਨਾ ਦੇਣ ਦੀ ਮਦਦ ਨਾ ਦੇਣ ਦੀ ਅਰਥਾਤ ਜਿਹੜੇ ਬ੍ਰਿਟਿਸ਼ ਲੋਕ ਸੀ ਉਹਨਾਂ ਦੇ ਅਦਾਰੇ ਜਿੰਨੇ ਸੀ ਉਹਨਾਂ ਨੂੰ ਨਾ ਵਰਤਨ ਦੀ ਉਹਨਾਂ ਨਾਲ ਮਿਲਵਰਤਨ ਦਾ ਨਾ ਮਿਲਵਰਤਨ ਦੀ ਜਿਹੜੀ ਹੈ ਲਹਿਰ ਚਲਾਈ ਅਗੇਨਸ ਦਾ ਬ੍ਰਿਟਿਸ਼ ਰੂਲਰਸ ਜਿਹੜੇ ਬ੍ਰਿਟਿਸ਼ ਹਾਕਮ ਸੀ ਉਹਨਾਂ ਦੇ ਖਿਲਾਫ ਐਂਡ ਕਾਲਡ ਅਪਨ ਦੀ ਪੀਪਲ ਅਤੇ ਲੋਕਾਂ ਨੂੰ ਹੋਕਾ ਦਿੱਤਾ ਟੂ ਬਾਇਕਾਟ ਦ ਬ੍ਰਿਟਿਸ਼ ਕਿ ਬ੍ਰਿਟਿਸ਼ ਲੋਕਾਂ ਦਾ ਬਾਇਕਾਟ ਕੀਤਾ ਜਾਵੇ ਇਟ ਵਾਸ ਹੀ ਉਹ ਹੀ ਸੀ ਹੂ ਇੰਟਰੋਡਿਊਸ ਦੀ ਕਨਸੈਪਟ ਆਫ ਦੀ ਇੰਡੀਅਨ ਬਾਇ ਇੰਡੀਅਨ ਹੈ ਉਹ ਹੀ ਸੀ ਜਿਨ ਨੇ ਕੀ ਆਪਣਾ ਐਵਲਾ ਸਿਧਾਂਤ ਕਿ ਭਾਰਤੀ ਬਣੋ ਤੇ ਭਾਰਤੀ ਖਰੀਦੋ ਉਹਦਾ ਸਿਧਾਂਤ ਨੂੰ ਅਰੰਭਿਆ ਕਿਉਂਕਿ ਬ੍ਰਿਟਿਸ਼ ਲੋਕੀ ਕਰਦੇ ਸੀ ਸਾਡੇ ਦੇਸ਼ ਵਿੱਚੋਂ ਕੱਚਾ ਮਾਲ ਲੈ ਜਾਂਦੇ ਸੀਗੇ ਤੇ ਬ੍ਰਿਟੇਨ ਦੇ ਵਿੱਚ ਮਸ਼ੀਨਾਂ ਰਾਹੀਂ ਫਿਰ ਉਹਦਾ ਵੱਡੀ ਤعداد ਵਿੱਚ ਮਾਲ ਬਣਾਉਂਦੇ ਸੀਗੇ ਤੇ ਇੱਥੇ ਆ ਕੇ ਜਿਹੜਾ ਫਿਨਿਸ਼ਡ ਪ੍ਰੋਡਕਟ ਸੀ ਉਹਨੂੰ ਸਸਤੇ ਭਾਅ ਤੇ ਵੇਚਦੇ ਸੀਗੇ ਤੇ ਜਿਹੜੇ ਲੋਕੀ ਹੱਥੀ ਕੰਮ ਕਰਕੇ ਚੀਜ਼ਾਂ ਆਪਣਾ ਵੇਚਦੇ ਸੀ ਉਹਨਾਂ ਦਾ ਕਮ ਕਮਦੰਦਾ ਚੋਪਟ ਹੋ ਰਿਹਾ ਸੀ ਠੀਕ ਹੈ ਹੁਣ ਪਰ ਹੁਣ ਬ੍ਰਿਟਿਸ਼ ਲੋਕ ਇਦਾਂ ਨਹੀਂ ਕਰ ਰਹੇ ਹੁਣ ਮਾਨੀ ਅਡਾਨੀ ਦਾ ਕਰਦੇ ਫਿਰ ਰਹੇ ਤੇ ਸਾਡੀ ਕੇਂਦਰ ਦੀ ਸਰਕਾਰ ਵੀ ਉਹਨਾਂ ਦੇ ਨਾਲ ਰਲਈ ਹੋਈ ਹੈ ਇਸ ਕੰਮ ਵਿੱਚੀ so the british rulers came down heavily on his roaring followers british jade ruler sige hakum sige hun come down on ae dekho come down on da matlab hunda hai come down on da ki criticize karna ya sakhti karna heavily mane badi zabardasti de naal badi bade zor dar sakhti kiti kehna utte on his his kaun ram singh de roaring followers roaring mane garjde hoye kookre hoye jide chele sige kyuki kook de sige ਇਦੋਂ ਨਾਂ ਪਿਆ ਕੁਕਾ ਇਹ ਦੇਖੋ ਦੀ ਪੰਜਾਬੀ ਵਰਡ ਕੁਕਾ ਸਟੈਂਡਸ ਫਾਰ ਅ ਰੋਰ ਜਿਹੜਾ ਪੰਜਾਬੀ ਦਾ ਸ਼ਬਦ ਕੁਕਾ ਹੈ ਉਹ ਗਰਜ ਲਈ ਇਹਦਾ ਮਤਲਬ ਹੈ ਗਰਜ ਤੇ ਰਾਮ ਸਿੰਘ ਜਿਹੜਾ ਸੀ ਰਾਮ ਸਿੰਘ ਦੇ ਫਾਲੋਅਰ ਜਿਹੜੇ ਸੀਗੇ ਉਹਦੇ ਚੇਲੇ ਸੀਗੇ ਹੂ ਰੇਜ਼ਡ ਲਾਊਡ ਵੌਇਸ ਜੇ ਜਿਹੜੇ ਉੱਚੀ ਆਵਾਜ਼ ਚੱਕਦੇ ਸੀਗੇ ਉੱਚੀ ਉੱਚੀ ਚੱਕਦੇ ਸੀਗੇ ਬ੍ਰਿਟਿਸ਼ ਦੇ ਖਿਲਾਫ ਅਗੇਨਸ ਦਾ ਬ੍ਰਿਟਿਸ਼ ਕੇਮ ਟੂ ਬੀ ਪਪੂਲਰਲੀ ਨੋਨ ਐਸ ਕੁਕਸ ਕਿਉਂਕਿ ਉੱਚੀ ਉੱਚੀ ਕੂਕਦੇ ਸੀਗੇ ਇਸ ਕਰਕੇ ਉਹ ਕੂਕੇ ਕਰਕੇ ਮਸ਼ਹੂਰ ਹੋ ਗਏ ਟੂ ਵੀ ਪੋਪੂਲਰਲੀ ਨੋਨ ਐਸ ਟੂਕਸ ਦੀ ਫਾਲੋਅਰਸ ਆਫ ਥਿਸ ਮੂਵਮੈਂਟ ਵਰ ਨੇਮਡ ਨਾਮਤਾਰਿਸ ਜਿਹੜੇ ਚੇਲੇ ਸੀਗੇ ਇਸ ਲਹਿਰ ਦੇ ਮੂਵਮੈਂਟ ਦੇ ਉਹਨਾਂ ਨੂੰ ਨਾਮਤਾਰੀ ਕਿਹਾ ਗਿਆ ਨਾਮਤਾਰੀ ਸੂਨ ਬੀਕਮ ਅ ਬਰੇ ਫੋਰਸ ਟੂ ਬੀ ਰੈਕਨਡ ਵਿਦ ਟੂ ਬੀ ਰੈਕਨਡ ਵਿਦ ਹੁੰਦਾ ਹੈ ਮਤਲਬ ਕਿ ਜਿਹਨੂੰ ਇਗਨੋਰ ਨਾ ਕੀਤਾ ਜਾ ਸਕੇ ਅੱਖੋਂ ਪਰੋਖੇ ਨਾ ਕੀਤਾ ਜਾ ਸਕੇ ਜਿਹਨੂੰ ਕਨਸੀਡਰ ਕਰਨਾ ਪਵੇ ਅਰਥਾਤ ਉਹਨੂੰ ਹੁਣ ਅਸੀਂ ਅੱਖਾਂ ਤੋਂ ਓਲੇ ਨਹੀਂ ਕਰ ਸਕਦੇ ਕਿ ਨਾਮਦਾਰੀ ਛੇਤੀ ਹੀ ਇੱਕ ਬੜਾ ਤਗੜਾ ਫੋਰਸ ਬਣ ਗਏ ਟੂ ਬੀ ਰੈਕਨਡ ਵਿਦ ਜਿਹਨੂੰ ਮਣਕੀ ਹੁਣ ਧਿਆਨ ਚ ਰੱਖਣਾ ਜ਼ਰੂਰੀ ਹੋ ਗਿਆ ਬ੍ਰਿਟਿਸ਼ ਲੋਕਾਂ ਵਾਸਤੇ ði british rulers could could not ਇਥੇ ਸੌਰੀ ਇਥੇ ਐਂਡ ਨਾਟ ਐਜ਼ ਅ ਨਾਟ ਇੱਕ ਗੁੱਟ could not the british rulers could not tolerate tolerance saharna could not tolerate saharna sake the rise rise mane chadhat of such an inspired ehho je prerit patriotic desh bhakt force force mane lokan da ikhat against them ਮਰੀ ਉਹਨਾਂ ਦੇ ਖਿਲਾਫ ਬ੍ਰਿਟਿਸ਼ ਹਾਕਮਾਂ ਦੇ ਖਿਲਾਫ ਇਹੋ ਜਿਹਾ ਜਿਹੜਾ ਇੱਕ ਜੱਥਾ ਇਕੱਠਾ ਹੋ ਰਿਹਾ ਸੀਗਾ ਜਿਹੜਾ ਕਿ ਬੜਾ ਪ੍ਰੇਰਿਤ ਸੀਗਾ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਿਆ ਹੋਇਆ ਸੀਗਾ ਉਹਨਾਂ ਦੇ ਖਿਲਾਫ ਉਹ ਉਹਨੂੰ ਝੱਲ ਨਾ ਸਕੇ ਦੇ ਲੈਟ ਲੂਜ਼ ਅ ਰੇਨ ਆਫ ਟੈਰਰ ਲੈਟ ਲੂਜ਼ ਹੁੰਦਾ ਬੇ ਲਗਾਮ ਕਰ ਦੇਣਾ ਖੁੱਲੀ ਛੁੱਟ ਦੇ ਰਣੀ ਕਿਨੂੰ ਰੇਨ ਹੁੰਦਾ ਰਾਜ ਟੈਰਰ ਮੈਨੇ ਟੈਰਰ ਮੈਨੇ ਖੌਫ ਉਹਨਾਂ ਨੇ ਖੌਫ ਦੇ ਰਾਜ ਨੂੰ ਖੁੱਲੀ ਲਗਾਉਂ ਦੇ ਦਿੱਤੀ ਵੀ ਮਾਰੋ ਕੁੱਟੋ ਇਹਨਾਂ ਨੂੰ ਖਤਮ ਕਰੋ ਅਗੇਂਸਟ ਦਾ ਕੋਕਸ ਕੋਕਿਆਂ ਦੇ ਖਿਲਾਫ 9 ਨਾਮਤਰੀ 6 ਵਰ ਸੈਂਟ ਟੂ ਦੀ ਗੈਲੋਜ਼ ਗੈਲੋਜ਼ ਹੁੰਦਾ ਬੱਚਿਓ ਫਾਹੀ ਫਾਂਸੀ ਦਾ ਫੰਦਾ ਹੁੰਦਾ ਨਾ ਉਹਨੂੰ ਗੈਲੋਜ਼ ਕਹਿੰਦੇ ਆ ਸੋ 9 ਨਾਮਤਰੀ 6 ਵਰ ਇਥੇ 6 ਦੇ 6 ਹੈਗਾ ਐਚ ਆਇਆ ਤੇ ਕੇ ਐਚ ਵਰ 6 ਸੈਂਟ ਟੂ ਦੀ ਗੈਲੋਜ਼ ਇਨ 1871 ਅਰਥਾਤ 1871 ਵਿੱਚ 9 ਨਾਮਤਰੀਆਂ ਨੂੰ ਫਾਂਸੀ ਦੇ ਦਿੱਤੀ ਗਈ ਵਾਈਲ ਅਨਦਰ 65 ਵਰ ਬਲੋਨ ਅਪ ਬਲੋਨ ਅਪ ਮੈਨੇ ਉੜਾ ਦਿੱਤੇ ਗਏ ਬਾਈ ਕੈਨਨ ਕੈਨਨ ਦੀ ਤੋਪ ਫਾਇਰ ਗੋਲਾ ਇਨ ਐਨ ਓਪਨ ਫੀਲਡ ਖੁੱਲੇ ਮੈਦਾਨ ਦੇ ਵਿੱਚ ਇਨ 1872 ਐਟ ਮਲੇਰ ਕੋਟਲਾ ਮਲੇਰ ਕੋਟਲਾ ਪੰਜਾਬ ਦੇ ਵਿੱਚ 1872 ਵਿੱਚ ਖੁੱਲੇ ਮੈਦਾਨ ਵਿੱਚ ਉਹਨਾਂ ਨੂੰ ਤੋਪ ਦੇ ਗੋਲਿਆਂ ਦੇ ਨਾਲ 65 ਨਾਮ ਤਾਰੀਆਂ ਨੂੰ ਤੁੰਬਾ ਤੁੰਬਾ ਕਰਕੇ ਉਡਾ ਦਿੱਤਾ ਗਿਆ ਉਹਨਾਂ ਦੇ ਚੀਥੜੇ ਉਡਾ ਦਿੱਤੇ ਗਏ ਅਮੰਗਸ ਥੀਸ ਮਾਰਟਿਸ ਮਾਰਟਿਸ ਮਨੇ ਸ਼ਹੀਦ ਇਹਨਾਂ ਸ਼ਹੀਦਾਂ ਵਿੱਚ ਵਾਜ਼ ਆ 12 ਇਅਰ ਬੋਲਡ 올ਡ ਬாய் ਇੱਕ 12 ਸਾਲਾਂ ਦਾ ਮੁੰਡਾ ਸੀ named Bishan Singh jada naam Bishan Singh si he was offered pardon pardon onda maafi offered mane onu ditti gayi malib parman te onu eh eh prastav ditta gaya eh sujhav ditta gaya he was offered pardon on the condition onu ik shart te maafi da offer ditta gaya maafi da unho nu prastav ditta gaya that he should deny deny mane inkaar kar dove mana kar dove his allegiance allegiance hundi hai wafadari commitment samarpan kenu ਟੂ ਦੀ ਕੂਕਾ ਕੌਸ ਕੌਸ ਮੈਨੇ ਮੂਵਮੈਂਟ ਕੂਕਾ ਜਿਹੜੀ ਲਹਿਰ ਸੀ ਉਹਦੇ ਪ੍ਰਤੀ ਅਗਰ ਉਹ ਆਪਣੀ ਵਫਾਦਾਰੀ ਤੋਂ ਇਨਕਾਰ ਕਰ ਦੇਵੇ ਕਿ ਮੈਂ ਇਹਨਾਂ ਦੇ ਨਾਲ ਨਹੀਂ ਹੈਗਾ ਮੈਂ ਇਹਨਾਂ ਨਾਲ ਕੰਮ ਨਹੀਂ ਕਰਾਂਗਾ ਤੇ ਉਹਨੂੰ ਮਾਫ ਕਰ ਦਿੱਤਾ ਜਾਵੇਗਾ ਹੀ ਐਂਗਰੀਲੀ ਉਹ ਗੁੱਸੇ ਵਿੱਚ ਆ ਕੇ ਪੌਂਸਟ ਮੈਨੇ ਝਪੱਟਾ ਮਾਰਿਆ ਅਪੌਨ ਦੀ ਬ੍ਰਿਟਿਸ਼ ਆਫੀਸਰ ਬ੍ਰਿਟਿਸ਼ ਆਫੀਸ ਦੇ ਉੱਤੇ ਉਹਨੇ ਗੁੱਸੇ ਜਾ ਕੇ ਝਪੱਟਾ ਮਾਰਿਆ ਉਹ ਆਫੀਸਰ ਸੀਗਾ ਮਿਸਟਰ ਕੋਵਨ ਜੋ ਡਿਪਟੀ ਕਮਿਸ਼ਨਰ ਸੀ ਲੁਧਿਆਣੇ ਦਾ ਐਂਡ ਪੁਲਡ ਐਟ ਹਿਸ ਬੀਅਰਡ ਅਤੇ ਉਹਦੀ ਦਾੜੀ ਨੂੰ ਫੜ ਲਿਆ ਦੀ ਇਨਰੇਜਡ ਗੁੱਸੇ 'ਚ ਆਇਆ ਇਨਰੇਜ ਮੈਨ ਨੇ ਗੁੱਸੇ ਨਾਲ ਭਰਿਆ ਪੀਤਾ ਅਫਸਰ ਉਹ ਅਫੀਸਰ ਜਿਹੜਾ ਸੀਗਾ ਮਿਸਟਰ ਕੋਵਨ ਦੀ ਇਨਰੇਜਡ ਅਫੀਸਰ ਗੁੱਸੇ 'ਚ ਭਰੇ ਪੀਤੇ ਅਫਸਰ ਨੇ ਗਾਟ ਬੋਥ ਹਿਸ ਹੈਂਡ ਸੈਵਰਡ ਸੈਵਰਡ ਉਹਨਾ ਵੜ ਦੇਣੇ ਉਹਨੇ ਦੋਨੋਂ ਉਹਦੇ ਹੱਥ ਵੜਵਾ ਦਿੱਤੇ ਐਂਡ ਦੈਨ ਬੀ ਹੈਡਡ them ਬੀ ਹੈਡ ਉਹਦਾ ਸਿਰ ਕਲਮ ਕਰਨਾ ਅਤੇ ਫਿਰ ਉਹਦਾ ਸਿਰ ਕਲਮ ਕਰਵਾ ਦਿੱਤਾ ਦੀ ਲਵਰਸ ਆਫ ਲਿਬਰਟੀ ਲਿਬਰਟੀ ਦਾ ਮਤਲਬ ਹੀ ਹੁੰਦਾ ਆਜ਼ਾਦੀ ਹੁਣ ਦੇਖੋ ਲਿਬਰਟੀ ਦੇ ਤਿੰਨ ਸ਼ਬਦ ਆਏ ਨੇ ਪਹਿਲੇ ਫਰੀडम ਆਇਆ ਫਿਰ ਇੰਡੀਪੈਂਡੈਂਸ ਆਇਆ ਤੇ ਉਹ ਲਿਬਰਟੀ ਆਇਆ ਠੀਕ ਹੈ ਸੋ ਲਿਬਰਟੀ ਦਾ ਮਤਲਬ ਇਹ ਆਜ਼ਾਦੀ ਹੁੰਦਾ ਹੈ ਲਵਰਜ਼ ਆਫ ਲਿਬਰਟੀ ਮਨੇ ਆਜ਼ਾਦੀ ਦੇ ਪ੍ਰਵਾਨੇ ਠੀਕ ਹੈ ਦੀ ਲਿਬਰਟੀ ਲਵਰਜ਼ ਆਫ ਲਿਬਰਟੀ ਆਜ਼ਾਦੀ ਦੇ ਪ੍ਰਵਾਨੇ ਰਿਫਿਊਜ਼ ਟੂ ਬੀ ਕਾਟ ਡਾਊਨ ਕਾਟ ਡਾਊਨ ਹੁੰਦਾ ਹੈ ਬੱਚਿਓ ਡਰਾ ਦੇਣਾ ਉਹ ਡਰੇ ਨਹੀਂ ਅਰਥਾਤ ਰਿਫਿਊਜ਼ ਉਹਨਾਂ ਨੇ ਡਰਨ ਤੋਂ ਨਾ ਕਰ ਦਿੱਤੀ ਅਰਥਾਤ ਕਬਰਾਏ ਨਹੀਂ ਇਹ ਜਿਹੜਾ 12 ਸਾਲ ਦੇ ਮੁੰਡੇ ਦੇ ਹੱਥ ਵੜ ਦਿੱਤੇ ਫਿਰ ਉਹਦਾ ਸਿਰ ਕਲਮ ਕਰਤਾ ਉਹ ਤੋਂ ਉਹ ਬਿਲਕੁਲ ਵੀ ਚਕੇ ਨਹੀਂ ਕਬਰਾਏ ਨਹੀਂ ਬਾਇ this repression repress repress ਹੁੰਦਾ ਕਿਸੇ ਚੀਜ਼ ਨੂੰ ਜ਼ੋਰ ਦੇ ਨਾਲ ਦਬਾਉਣਾ ਚਾਹੇ ਮੂਵਮੈਂਟ ਹੋਵੇ ਜਾਂ ਕੋਈ ਫਿਜ਼ੀਕਲ ਚੀਜ਼ ਹੋਵੇ ਸੋ ਰਿਪਰੈਸ਼ਨ ਦਾ ਇੱਥੇ ਮਤਲਬ ਇਸ ਤੱਕਾ ਇਸ ਤੱਕੇ ਤੋਂ ਉਹ ਬਿਲਕੁਲ ਵੀ ਘਬਰਾਏ ਨਹੀਂ ਬਟ ਕੰਟੀਨਿਊ ਟੂ ਫਾਈਟ ਪਰ ਲੜਾਈ ਜਾਰੀ ਰੱਖੀ ਵਿਦ ਗ੍ਰੇਟਰ ਇਨਥੂਸੀਆਜ਼ਮ ਇਨਥੂਸੀਆਜ਼ਮ ਹੁੰਦਾ ਜੋਸ਼ ਗ੍ਰੇਟਰ ਮੈਨ ਪਹਿਲੇ ਨਾਲੋਂ ਵੱਧ ਬਜਾਏ ਡਰਨ ਦੇ ਪਹਿਲੇ ਨਾਲੋਂ ਜ਼ਿਆਦਾ ਜੋਸ਼ ਦੇ ਨਾਲ ਉਹਨਾਂ ਨੇ ਲੜਾਈ ਜਾਰੀ ਰੱਖੀ ਫਿਰ ਆ ਗਿਆ ਸ਼੍ਰੀ ਸਤੂ ਆਰਾਮ ਸਿੰਘ ਵਾਸ ਅਰੈਸਟਡ ਰਾਮ ਸਿੰਘ ਨੂੰ ਆਪਣਾ ਗ੍ਰਿਫਤਾਰ ਕਰ ਲਿਆ ਗਿਆ ਐਂਡ ਐਗਜ਼ਾਈਲਡ ਐਗਜ਼ਾਈਲਡ ਹੁੰਦਾ ਬੱਚੋ ਜਲਾਵਤਨੀ ਜਲਾਵਤਨ ਭੇ ਜਲਾਵਤਨ ਕਰਦਾ ਅਰਥਾ ਦੇਸ਼ ਨਿਕਾਲਾ ਦੇ ਦਿੱਤਾ ਟੂ ਬਰਮਾ ਐਂਡ ਅਨਨੋਨ ਫੋਰਨ ਲੈਂਡ ਬਰਮਾ ਜਾਂ ਕਿਸੇ ਹੋਰ ਜਿਹੜੀ ਆਪਣੀ ਅਣਜਾਣ ਵਿਦੇਸ਼ੀ ਜਿਹੜੀ ਧਰਤੀ ਸੀ ਉੱਤੇ ਉਹਨੂੰ ਭੇਜ ਦਿੱਤਾ ਹਿਸ ਸਪਿਰਿਟ ਕੰਟੀਨਿਊਸ ਟੂ ਗਾਈਡ ਹਿਸ ਫਾਲੋਅਰਸ ਈਵਨ ਟੂਡੇ ਪਰ ਉਹਦੀ ਜਿਹੜੀ ਸਪਿਰਿਟ ਕਹ ਲੋ ਮਤਲਬ ਕਿ ਉਹਦਾ ਜਜ਼ਬਾ ਹੈ ਉਹ ਹੱਲੇ ਵੀ ਉਹਦੇ ਜਿਹੜੇ ਫੋਲੋਅਰਸ ਹੈਗੇ ਨੇ ਉਹਦੇ ਜਿਹੜੇ ਚੇਲੇ ਨੇ ਉਹਨਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਹੱਲੇ ਵੀ ਸੇਧ ਦਿੰਦੇ ਨੇ ਅੱਜ ਵੀ ਦੀ ਫੋਲੋਅਰਸ ਆਫ ਸ਼੍ਰੀ ਸਤਗੁਰ ਰਾਮ ਸਿੰਘ ਜੀ ਕੰਟੀਨਿਊ ਟੂ ਫਲੋਰਿਸ਼ ਟੂਡੇ ਉਹਨਾਂ ਦੇ ਜਿਹੜੇ ਚੇਲੇ ਹੈਗੇ ਨੇ ਰਾਮ ਸਿੰਘ ਦੇ ਉਹ ਹੱਲੇ ਵੀ ਕੰਟੀਨਿਊ ਟੂ ਫਲੋਰਿਸ਼ ਮੀਨਸ ਵੱਧ ਫੁੱਲ ਰਹੇ ਨੇ ਵਧੀਆ ਟੂਡੇ ਅੰਡਰ ਦੀ ਏਬਲ ਸਟੀਵਾਰਡਸ਼ਿਪ ਸਟੀਵਾਰਡਸ਼ਿਪ ਹੁੰਦੀ ਗਾਈਡੈਂਸ ਏਬਲ ਮੈਨੇ ਸਮਰੱਥ ਵਧੀਆ ਗਾਈਡੈਂਸ ਦੇ ਅੰਦਰ ਆਫ देयर ਹੋਲੀ ਗੁਰੂਸ ਉਹਨਾਂ ਦੇ ਜਿਹੜੇ ਅੱਗੇ ਉਹਨਾਂ ਦੇ ਜਿਹੜੇ ਗੱਦੀਧਾਰ ਹੈਗੇ ਨੇ ਡੇਰਿਆਂ ਵਾਲੇ ਉਹਨਾਂ ਦੀ ਸੇਧ ਵਿੱਚ ਹੱਲੇ ਵੀ ਉਹ ਠੀਕ ਠਾਕ ਚੱਲ ਰਹੇ ਨੇ ਪ੍ਰੈਜ਼ੈਂਟਲੀ ਸਤਿਗੁਰੂ ਸ਼੍ਰੀ ਜਗਜੀਤ ਸਿੰਘ ਜੀ ਮਹਾਰਾਜ ਪਰ ਬੱਚਤਨ ਮੈਂ ਦੱਸ ਦਵਾਂ ਕਿਉਂਕਿ ਇਹ ਕਿਤਾਬ ਪੁਰਾਣਾ ਐਡੀਸ਼ਨ ਹੋ ਗਿਆ ਹੁਣ ਤੇ ਇਹ ਜਗਜੀਤ ਸਿੰਘ ਜਿਹੜੇ ਨੇ ਇਹ ਕਰੀ 25 ਦਿਨ ਵੈਂਟੀਲੇਟਰ ਤੇ ਰਹੇ ਸੀਗੇ ਤੇ ਮਰ ਗਏ ਨੇ ਹੁਣ ਇਸ ਦੁਨੀਆ ਵਿੱਚ ਨਹੀਂ ਹੈਗੇ ਤੇ ਮਰਨ ਤੋਂ ਪਹਿਲੇ ਇਹਨਾਂ ਨੇ ਕੋਈ ਆਪਣਾ ਅਗਲਾ ਗੱਦੀ ਨਿਸ਼ੀਨ ਅਨਾਉਂਸ ਨਹੀਂ ਕੀਤਾ ਸੀਗਾ ਤੇ ਜਿੱਲੇ ਇਹ ਪੂਰੇ ਹੋ ਗਏ ਅਕਾਲ ਚਲਣਾ ਕਰਕੇ ਤੇ ਬਾਅਦ ਚੋਂ ਇਹਨਾਂ ਦੇ ਇਹ ਨਾਮਧਾਰੀਆਂ ਦੇ ਵਿੱਚ ਪਾੜਾ ਪੈ ਗਿਆ ਲੜਾਈਆਂ ਹੋ ਗਈਆਂ ਤੇ ਹੁਣ ਇਹਨਾਂ ਦੇ ਦੋ ਢੱਡੇ ਬਣੇ ਹੋਏ ਨੇ ਜਿਹੜੇ ਮੇਨ ਹੈਗੇ ਨੇ ਇੱਕ ਹੈਗਾ ਦਲੀਪ ਸਿੰਘ ਤੇ ਇੱਕ ਹੈਗਾ ਠਾਕੁਰ ਉਦੇਸ ਸਿੰਘ ਉਹ ਠਾਕੁਰ ਉਦੇਸ ਸਿੰਘ ਕਹਿੰਦਾ ਕਿ ਮੈਂ ਡੇਰੇ ਦਾ ਮੁਖੀ ਹੈਗਾ ਹੱਕਦਾਰ ਹੈਗਾ ਤੇ ਦਲੀਪ ਸਿੰਘ ਕਹਿੰਦਾ ਕਿ ਮੈਂ ਹੈਗਾ ਸੋ ਉਹਨਾਂ ਨੂੰ ਹੀ ਮੰਨਣ ਵਾਲੇ ਕਈ ਬੰਦੇ ਨੇ ਉਹਨਾਂ ਨੂੰ ਹੀ ਮੰਨਣ ਵਾਲੇ ਬੰਦੇ ਨੇ ਸੋ ਇਹ ਡੇਰਿਆਂ ਦੀ ਸਮੱਸਿਆ ਤੇ ਘਰ ਹੁੰਦੀ ਹੈ ਸੋ ਹੁਣ ਇਹਨਾਂ ਦੇ ਦੋ ਅਲੱਗ-ਅਲੱਗ 그룹 ਬਣ ਗਏ ਨੇ ਹੁਣ ਮਣੀਏ ਤੁਹਾਡੀ ਜਾਣਕਾਰੀ ਵੀ ਦੱਸਣਾ ਕਿ ਉਹਨਾ ਸ਼੍ਰੀ ਜਗਜੀਤ ਸਿੰਘ ਇਸ ਦੁਨੀਆ 'ਚ ਨਹੀਂ ਹੈਗੇ ਤੇ ਉਹਨੇ ਇੱਕ ਦਲੀਪ ਸਿੰਘ ਹੈਗਾ ਤੇ ਇੱਕ ਉਦੇਸ ਸਿੰਘ ਹੈਗਾ ਠੀਕ ਹੈ ਐਂਡ ਸਪਰੈਡ ਦੀ ਮੈਸੇਜ ਆਫ ਯੂਨੀਵਰਸਲ ਯੂਨੀਵਰਸਲ ਬ੍ਰਦਰਹੁੱਡ ਯੂਨੀਵਰਸਲ ਬਣਿਆ ਹੁੰਦਾ ਹੈ ਆਲਮੀ ਯੂਨੀਵਰਸਲ ਪਾਈਚਾਰਾ ਮਣੀ ਆਲਮੀ ਪਾਈਚਾਰੇ ਦਾ ਪ੍ਰਚਾਰ ਨੈਸ਼ਨਲ ਯੂਨਿਟੀ ਆਪਣੀ ਰਾਸ਼ਟਰੀ ਇਕਤਾ ਸੈਕੂਲਰਿਜ਼ਮ ਧਰਮ ਨਿਰਪੇਖਤਾ ਸਿੰਪਲ ਲੀਵਿੰਗ ਸਾਦਾ ਜੀਵਨ ਐਂਡ ਹਾਈ ਥਿੰਕਿੰਗ ਉੱਚੇ ਸੁੱਚੇ ਵਿਚਾਰ ਸੋ ਐਸੀ ਪਿਆਰੇ ਵਿਦਿਆਰਥੀਓ 3 ਗ੍ਰੇਡ ਇੰਡੀਅਨਸ ਦਾ ਭਾਗ ਪਹਿਲਾ ਕਿਉਂਕਿ ਲੈਸਨ ਵੱਡਾ ਹੈ ਜਿੱਤੇਨ ਇੰਡੀਅਨਸ ਦੀ ਗੱਲ ਹੈ ਤੇ ਮੈਂ ਸੋਚਿਆ ਕਿ ਇੱਕ ਇੱਕ ਕਰਕੇ ਜਾਂ ਇੱਕ ਜਾਂ ਦੋ ਕਰਕੇ ਉਹ ਮੈਂ ਦੇਖ ਲਾਂਗਾ ਅੱਗੇ ਅਗਲੇ ਦੋ ਜਿਹੜੇ ਇੰਡੀਅਨਸ ਬਾਰੇ ਉਹ ਕਿੰਨਾ ਕੁ ਵੱਡਾ ਪੈਰਾਗ੍ਰਾਫ ਹੈਗੇ ਨੇ ਉਹਦੇ ਹਿਸਾਬ ਦੇ ਨਾਲ ਮੈਂ ਇੱਕ ਜਾਂ ਦੋ ਵੀਡੀਓ ਬਣਾਵਾਂਗਾ ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਤੁਸੀਂ ਮਿਹਨਤ ਦੇ ਨਾਲ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਖੂਬ ਤਰੱਕੀਆਂ ਮਾਣੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ ਥੈਂਕ ਯੂ ਵੈਰੀ ਮੱਚ